ਕੋ ਤਸਵੀਰਾਂ ਕਿੰਨੀਆਂ ਸੋਹਣੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਹੈਦਰਾਬਾਦ ਪੁਲਿਸ ਦੇ ਵੱਲੋਂ ਜੋ ਇਨਕਾਊਂਟਰ ਕੀਤਾ ਗਿਆ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਔਰ ਸੁਰੱਖਿਆ ਦੇ ਮੁੱਦੇ ਤੇ ਹਰ ਕੋਈ ਔਰਤ ਜੋ ਹੈ ਦੇਸ਼ ਦੀ ਆਪਣੇ ਆਪ ਨੂੰ ਅਸੁਰੱਖਿਅਤ ਜੋ ਮਹਿਸੂਸ ਕਰਦੀ ਸੀ ਉਹ ਕਿਤੇ ਨਾ ਕਿਤੇ ਹੁਣ ਵਿਸ਼ਵਾਸ ਜ਼ਾਹਿਰ ਕਰ ਰਹੀ ਆ ਉਹ ਕਿਤੇ ਨਾ ਕਿਤੇ ਉਹਨਾਂ ਦਾ ਹੌਸਲਾ ਬੁਲੰਦ ਹੁੰਦਾ ਜਾ ਰਿਹਾ ਕਿ ਜਦ ਤੱਕ ਕਾਨੂੰਨ ਦੇ ਰਖਵਾਲੇ ਇਹ ਇਸ ਤਰ੍ਹਾਂ ਦੇ ਕਾਨੂੰਨ ਦੇ ਰਖਵਾਲੇ ਜਦ ਤੱਕ ਸਿਸਟਮ ਦੇ ਅੰਦਰ ਨੇ ਉਦ ਤੱਕ ਔਰਤਾਂ ਨੂੰ ਕੁਛ ਨਹੀਂ ਹੋਏਗਾ ਉਹਨਾਂ ਦੀ ਸੁਰੱਖਿਆ ਜੋ ਹੈ ਉਹ ਬਣੀ ਰਹੇਗੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਏਗੀ ਅਜਿਹੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏਗਾ ਉਹਨਾਂ ਦੀ ਸੁਰੱਖਿਆ ਦੇ ਲਈ ਹੈਦਰਾਬਾਦ ਪੁਲਿਸ ਹਮੇਸ਼ਾ ਖੜੀ ਹੈ ਇਹ ਖੁਸ਼ੀ ਜ਼ਾਹਿਰ ਇਹ ਭੈਣਾਂ ਖਾ ਰਹੀਆਂ ਨੇ ਰੱਖੜੀ ਬੰਨ੍ਹੀ ਜਾ ਰਹੀ ਹੈ ਮਤਲਬ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਹੋਣਗੀਆਂ ਔਰ ਦੇਸ਼ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਕਿ ਦੇਸ਼ ਦੇ ਸਾਡੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚੋਂ ਕੋਈ ਅਜਿਹੀ ਸਟੇਟ ਹੋਏਗੀ ਜਿਸ ਸਟੇਟ ਦੀ ਇੰਨੀ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਜੋ ਉਸ ਸਟੇਟ ਦੀਆਂ ਜੋ ਔਰਤਾਂ ਨੇ ਸ਼ਲਾਘਾ ਕਰਦੇ ਹੋਏ ਪੁਲਿਸ ਭਰਾਵਾਂ ਨੂੰ ਰੱਖੜੀ ਬੰਨ੍ਹ ਰਹੀਆਂ ਨੇ ਰੱਖੜੀ ਬੰਨ੍ਹਣਾ ਵੀ ਸਾਡੇ ਹਿੰਦੂ ਸਮਾਜ ਦੇ ਵਿੱਚ ਇੱਕ ਖਾਸ ਮਹੱਤਵ ਹੈ ਰਕਸ਼ਾ ਬੰਧਨ ਦਾ ਪਵਿੱਤਰ ਤਿਉਹਾਰ ਆਉਂਦਾ ਔਰ ਹਰ ਭਰਾ ਜੋ ਹੈ ਆਪਣੀ ਭੈਣ ਦੀ ਰੱਖਿਆ ਕਰਨ ਦਾ ਸੰਕਲਪ ਲੈਂਦਾ ਹੈ ਔਰ ਇੰਨਾ ਜ਼ਿਆਦਾ ਵਿਸ਼ਵਾਸ ਇੱਕ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਵਿੱਚ ਜੋ ਹੁੰਦਾ ਹੈ ਉਹ ਪਿਆਰ ਜੋ ਹੈ ਕਿਤੇ ਨਾ ਕਿਤੇ ਇਹਨਾਂ ਤਸਵੀਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਹ ਜੋ ਪੁਲਿਸ ਭਰਾ ਹੈਦਰਾਬਾਦ ਦੇ ਪੁਲਿਸ ਭਰਾ ਨੇ ਜਿਨ੍ਹਾਂ ਨੂੰ ਭੈਣਾਂ ਦੇ ਵੱਲੋਂ ਰੱਖੜੀ ਬੰਨ੍ਹੀ ਜਾ ਰਹੀ ਹੈ ਔਰ ਭਰਾਵਾਂ ਦੇ ਵੱਲੋਂ ਵੀ ਸੰਕਲਪ ਕਿ ਕਿਸੇ ਵੀ ਸੂਬੇ ਦੀ ਕਿਸੇ ਵੀ ਧੀ ਦੇ ਨਾਲ ਇਸ ਤਰੀਕੇ ਦੇ ਨਾਲ ਅਨਿਆਏ ਨਹੀਂ ਹੋਣ ਦਿੱਤਾ ਜਾਏਗਾ ਇਸ ਤਰ੍ਹਾਂ ਦੇ ਨਾਲ ਅਪਰਾਧ ਨਹੀਂ ਹੋਣ ਦਿੱਤਾ ਜਾਏਗਾ ਜੋ ਅਪਰਾਧ ਹੋਇਆ ਜੋ ਉਸ ਲੇਡੀ ਡਾਕਟਰ ਦੇ ਨਾਲ ਹੋਇਆ ਬਹੁਤ ਬੁਰਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਲੇਕਿਨ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮਾਮਲੇ ਜੋ ਸਾਹਮਣੇ ਆਉਂਦੇ ਨੇ ਕਿਤੇ ਕਿਤੇ ਇੱਕ ਨਜ਼ੀਰ ਵੀ ਸਾਬਿਤ ਕਰ ਜਾਂਦੇ ਨੇ ਸੋ ਇੱਕ ਦੱਸ ਇਹ ਗੱਲ ਕਿ ਲੇਡੀ ਡਾਕਟਰ ਦੀ ਜਾਨ ਨਹੀਂ ਬਚਾਈ ਜਾ ਸਕੀ ਉਸਦੇ ਨਾਲ ਜੋ ਬਰਬਰਤਾ ਹੋਈ ਉਸਨੂੰ ਨਹੀਂ ਰੋਕਿਆ ਜਾ ਸਕਿਆ ਲੇਕਿਨ ਹਰ ਬਹੁਤ ਜ਼ਿਆਦਾ ਜ਼ਿੰਮੇਦਾਰੀ ਪ੍ਰਸ਼ਾਸਨ ਦੇ ਉੱਤੇ ਹੈ ਪੁਲਿਸ ਪ੍ਰਸ਼ਾਸਨ ਦੇ ਸਿਰ 'ਤੇ ਹੈ ਬਹੁਤ ਸਾਰੇ ਧੀਆਂ ਦੀ ਜ਼ਿੰਮੇਦਾਰੀ ਦੇਖੋ ਫੁੱਲਾਂ ਦੇ ਨਾਲ ਜੋ ਹੈ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਫੁੱਲ ਵਰਸਾਏ ਜਾ ਰਹੇ ਨੇ ਹੈਦਰਾਬਾਦ ਪੁਲਿਸ ਦੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਭੈਣਾਂ ਦੇ ਵੱਲੋਂ ਦੇਖੋ ਇੱਕ ਤਰੀਕੇ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਹਾਲਾਂਕਿ ਗਮ ਦਾ ਮਾਹੌਲ ਜ਼ਰੂਰ ਹੈ ਲੇਡੀ ਡਾਕਟਰ ਦੇ ਇਸ ਦੁਨੀਆ ਤੋਂ ਚਲੇ ਜਾਣ ਜਾਂ ਫਿਰ ਉਸਦੇ ਨਾਲ ਜੋ ਬਰਬਰਤਾ ਦਿਖਾਈ ਗਈ ਉਸਦਾ ਦੁੱਖ ਹਰ ਇੱਕ ਸਹਿਣ ਦੇ ਅੰਦਰ ਜ਼ਰੂਰ ਹੈ ਲੇਕਿਨ ਜੋ ਹੈਦਰਾਬਾਦ ਪੁਲਿਸ ਨੇ ਕਰ ਦਿਖਾਇਆ ਹੈ ਉਹ ਕਿਤੇ ਨਾ ਕਿਤੇ ਬੇਹੱਦ ਸ਼ਲਾਘਾਯੋਗ ਹੈ ਕਿਸ ਤਰੀਕੇ ਦੇ ਨਾਲ ਹੈਦਰਾਬਾਦ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਮਤਲਬ ਇੰਨੀ ਜ਼ਿਆਦਾ ਖੁਸ਼ੀ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਇਹ ਖੁਸ਼ੀ ਦਰਅਸਲ ਇਸ ਚੀਜ਼ ਦੀ ਹੈ ਕਿ ਹੁਣ ਦੇਸ਼ ਦੀਆਂ ਧੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣਗੀਆਂ ਉਹਨਾਂ ਦੇ ਅੰਦਰ ਹੌਸਲਾ ਵੱਧ ਸਕੇਗਾ ਰਾਤ ਵੇਲੇ ਹਨੇਰੇ ਦੇ ਵਿੱਚ ਉਹਨਾਂ ਨੂੰ ਹੁਣ ਡਰ ਨਹੀਂ ਲੱਗੇਗਾ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਪੁਲਿਸ ਭਰਾ ਹਰ ਵੇਲੇ ਤੈਨਾਤ ਨੇ ਇੱਕ ਕੰਪਲੇਂਟ ਜਾਏਗੀ ਬਸ ਫਿਰ ਖੈਰ ਨਹੀਂ ਉਹਨਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਦੀ ਇੱਕ ਹੌਸਲਾ ਜੋ ਹੈ ਇੱਕ ਇਹਨਾਂ ਧੀਆਂ ਦੇ ਅੰਦਰ ਦੇਸ਼ ਦੀਆਂ ਧੀਆਂ ਦੇ ਅੰਦਰ ਆਇਆ ਖਾਸ ਤੌਰ 'ਤੇ ਤਸਵੀਰਾਂ ਜੋ ਨੇ ਹੈਦਰਾਬਾਦ ਦੀਆਂ ਨੇ ਹੈਦਰਾਬਾਦ ਦੇ ਵਿੱਚ ਇਹ ਜੋ ਫੁੱਲ ਵਰਸਾਏ ਜਾ ਰਹੇ ਨੇ ਪੁਲਿਸ ਵਾਲਿਆਂ ਦੇ ਫੁੱਲ ਵਰਸਾਏ ਜਾ ਰਹੇ ਨੇ ਖਾਕੀ ਜੋ ਅਕਸਰ ਅਸੀਂ ਕਈ ਮਾਮਲਿਆਂ ਦੇ ਵਿੱਚ ਦਾਗਦਾਰ ਹੁੰਦੀ ਦੇਖੀ ਗਈ ਹੈ ਲੇਕਿਨ ਇੱਥੇ ਇਸ ਖਾਕੀ ਜੋ ਹੈ ਅੱਜ ਉਹ ਖਾਕੀ ਹੈਦਰਾਬਾਦ ਦੀ ਖਾਕੀ ਜੋ ਹੈ ਚਮਕਦੀ ਹੋਈ ਦਮਕਦੀ ਹੋਈ ਨਜ਼ਰ ਆ ਰਹੀ ਹੈ ਅੱਜ ਨਜ਼ਰ ਆ ਰਿਹਾ ਪੁਲਿਸ ਵਾਲਿਆਂ ਦਾ ਰੌਬ ਔਰ ਕਿਉਂ ਐਕਸ਼ਨ ਜੋ ਦਿਖਾਇਆ ਔਰ ਜਿਸ ਰੌਬ ਦੀ ਜਾਂ ਜਿਸ ਕੰਮ ਕਰਨ ਦੀ ਫਾਇਰ ਦੀ ਜਜ਼ਬੇ ਦੀ ਹਮੇਸ਼ਾ ਉਮੀਦ ਕੀਤੀ ਜਾਂਦੀ ਹੈ ਪੁਲਿਸ ਮਹਿਕਮੇ ਤੋਂ ਹੈਦਰਾਬਾਦ ਪੁਲਿਸ ਦੇ ਅੰਦਰ ਦੇਖਣ ਨੂੰ ਮਿਲਿਆ